bottom of the can. More at the bottom of the can. Right here. Yeah. There you go. Yeah. Wait. Push your finger in there. But make sure you don't slice your thumb. From you. Oh, it's up. Yeah, make it bigger. All right, that's a perfect hole right there. That's a perfect hole. Okay, then you're gonna crack the top and go. All right, cheers, buddy. You're gonna crack the top. Crack the top. But you need to ring it from there, bro. You crack and then go up. You got it? All right, you ready? You got the finger in there? Let's go, buddy. Cheers, boys. Cheers. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਅੱਜ ਹੈਗਾ ਜੀ ਕੈਨੇਡਾ ਡੇ, ਤੇ ਅੱਜ ਆਪਾਂ ਜਾ ਰਹੇ ਹਾਂ ਹੁਣ ਕੈਨੇਡਾ ਡੇ ਸੈਲੀਬ੍ਰੇਟ ਕਰਨ, ਤੇ ਨਾਲ ਆਪਣੇ ਸਾਰੇ ਘਰ ਦੇ ਫੈਮਿਲੀ ਮੈਂਬਰ ਜੀ ਉੱਧਰ ਦਿਲਪ੍ਰੀਤ ਬਾਈ, ਤੇ ਨਾਲ ਆਪਾਂ ਨੂੰ ਹੋਰ ਵੀ ਫਰੈਂਡਸ ਜੁਆਇਨ ਕਰਨਗੇ ਉੱਥੇ ਜਾ ਕੇ। ਸੋ ਆਪਾਂ ਜਾ ਰਹੇ ਹਾਂ ਜੀ ਹੁਣ ਡਾਊਨ ਟਾਊਨ ਨੂੰ, ਤੇ ਨਜ਼ਾਰਾ ਆਉਣ ਵਾਲਾ ਪੂਰਾ, ਲਾਈਕ ਆਲਵੇਜ਼ ਮੈਂ ਕਹਿੰਦਾ ਹੁੰਦਾ ਕਿ ਫਨ ਹੋਣ ਵਾਲਾ ਪੂਰਾ ਅੱਜ, ਤੇ ਅੱਜ ਫਾਇਰ ਵਰਕਸ ਵੀ ਹੋਣੇ ਨੇ ਉੱਥੇ। ਸੋ ਸਾਰਾ ਕੁਛ ਆਪਾਂ ਇੰਜੋਏ ਕਰਾਂਗੇ ਤੇ ਘੁੰਮਾਂਗੇ ਫਿਰਾਂਗੇ ਤੇ ਨਾਲ ਘੁੰਮਾਵਾਂਗੇ ਤੁਹਾਨੂੰ ਵੀ। ਡਾਊਨ ਟਾਊਨ ਪਹੁੰਚ ਕੇ ਬੜਾ ਇੱਥੇ ਪੂਰੀ ਪਾਰਕਿੰਗ ਸੀਗੀ, ਅਤੇ ਪੂਰੀ ਪਾਰਕਿੰਗ 'ਚ ਲੱਗ ਗਈ ਪਾਰਕਿੰਗ ਆਪਣੀ। ਬਹੁਤ ਔਖੀ ਲਾਈ ਗੱਡੀ ਪਰ ਲੱਗ ਗਈ। ਹੁਣ ਅਜੇ ਪਿੱਛੇ ਵਾਲੇ ਨੇ ਕੱਢਣੀ ਹੋਈ ਤਾਂ ਬੈਕ ਕਰਕੇ ਕੱਢ ਲੈਣਗੇ, ਅਤੇ ਫਰੰਟ ਵਾਲੇ ਅੱਗੇ ਕਰਕੇ ਛੋਟੀ ਜਿਹੀ ਗੱਡੀ ਕੱਢ ਦੂੰਗੀ। ਹੋਰ ਜੀ ਬਾਈ, ਕਿਵੇਂ ਰਿਹਾ ਤੇਰਾ ਕੈਨੇਡਾ 'ਚ ਟਾਈਮ? ਲਾਈਕ ਮਜ਼ਾ ਆ ਰਿਹਾ ਪੂਰਾ। ਕਿੰਨਾ ਟਾਈਮ ਹੋਇਆ ਤੈਨੂੰ ਜੀ ਕੈਨੇਡਾ 'ਚ? ਬਸ ਹੋ ਗਏ 4.5 ਸਾਲ। 4.5 ਸਾਲ ਦੇ ਦਿਲਪ੍ਰੀਤ ਬਾਈ ਤੈਨੂੰ? ਦਸੰਬਰ 'ਚ ਮੈਨੂੰ ਵੀ ਹੋ ਗਏ 4.5 ਸਾਲ। ਵਧੀਆ। ਸੋ ਫਨ ਵੀ ਕੀਤਾ, ਪੜ੍ਹਾਈ ਵੀ ਕੀਤੀ, ਸਾਰਾ ਕੁਛ ਟਾਈਮ ਟੂ ਟਾਈਮ ਹੁੰਦਾ ਰਿਹਾ, ਤੇ ਵਧੀਆ ਤਰੀਕੇ ਨਾਲ ਟਾਈਮ ਗੁਜ਼ਰਦਾ ਗਿਆ। ਸੋ ਫਾਈਨਲੀ ਇੱਕ ਹੋਰ ਕੈਨੇਡਾ ਡੇ ਦੇਖਣ ਦਾ ਮੌਕਾ ਮਿਲਿਆ। ਸੱਚ ਇੰਡੀਆ ਡੇ ਕਦੋਂ ਦੇਖਣਾ ਤੂੰ? ਇੰਡੀਆ ਗਿਆ ਨਹੀਂ ਤੂੰ ਮੁੜ ਕੇ? ਦੇਖਦੇ ਹਾਂ ਯਾਰ, ਇਸ ਵਾਰ ਦੇਖਾਂਗੇ। ਸਹੀ ਆ, ਦੀਵਾਲੀ ਵਾਲਾ ਡੇ ਹੁੰਦਾ ਉੱਥੇ ਇੰਡੀਆ। 26 ਜਨਵਰੀ ਹੁੰਦਾ ਨਾ? Make it bigger. That's a perfect hole right there. Then you're gonna crack the top and go. Up, cheers, buddy. You crack the top and go. ਕੁਛ ਗੋਰੇ ਬੱਚੇ ਮਿਲ ਗਏ ਸੀਗੇ, ਤੇ ਉਹ ਕਹਿੰਦੇ ਉਹ ਦਿਲਪ੍ਰੀਤ ਨੂੰ ਕਹਿੰਦੇ ਤੇ ਨਾਲ ਸ਼ਰਤ ਲਾਣੀ ਵੀ ਕਿਹੜਾ ਬੀਅਰ ਉਹ ਪੀਂਦਾ ਵੀ ਇੱਦਾਂ ਚੱਕ ਕਰਨੀ ਹੈ ਨਾ। ਤੇ ਦਿਲਪ੍ਰੀਤ ਤਾਂ ਹੈਗਾ ਪੁਰਾਣਾ ਖੁੰਡ, ਉਹ ਹੈਗੇ ਕੱਲ ਦੇ ਜਵਾਕ। ਦਿਲਪ੍ਰੀਤ ਨੇ ਮਾਰੀ ਜਾਵੇ ਅੰਦਰ ਬੀਅਰ ਦੀ ਬੋਤਲ। ਇੰਨਾ ਰਸ਼ ਆਪਾਂ ਕਦੇ ਨਹੀਂ ਸੈਟਿੰਗ ਸਾਰੇ ਪਿਕਨਿਕ।
ਚੱਲ ਕੀ ਰਿਹਾ ਦਿਲਪ੍ਰੀਤ ਬਾਈ ਉਰੇ ਕੈਨੇਡਾ ਡੇ ਚ, ਮਤਲਬ ਚੱਲ ਕੀ ਰਿਹਾ ਤੇਰੇ ਕੋਲੇ? ਚੱਲ ਬਾਈ, ਹਾਂ ਬਸ ਹੁਣ ਫਾਇਰ ਵਰਕ ਦੀ ਵੇਟ ਕਰ ਰਹੇ ਹਾਂ, ਠੀਕ ਹੈ, ਤੇ ਨਜ਼ਾਰੇ ਚੱਲ ਰਹੇ ਆ, ਮੈਂ ਵਸਿਆ ਪਾਰਟੀ ਕੈਨੇਡਾ ਡੇ ਬ੍ਰੋ। ਹਾਂਜੀ, ਸੋ ਮੇਲਾ ਜਾ ਹੋ ਗਿਆ ਆਲਮੋਸਟ ਖਤਮ, ਤੇ ਹੁਣ ਜਾ ਰਹੇ ਹਾਂ ਜੀ ਅਸੀਂ ਕੋਈ ਪੀਜ਼ਾ ਪੂਜ਼ਾ ਖਾਂਦੇ ਹਾਂ ਜਾ ਕੇ, ਤੇ ਫਾਇਰ ਵਰਕ ਸੀਗੇ ਉਦੋਂ ਜ਼ਿਆਦਾ ਕੁਛ ਖਾਸ ਨਹੀਂ ਸੀਗਾ, ਤੇ ਹੁਣ ਜਾਂਦੇ ਹਾਂ ਜੀ ਆਪਾਂ ਕੁਝ ਪੀਜ਼ਾ ਵਗੈਰਾ ਖਾਂਦੇ ਹਾਂ ਜਾ ਕੇ। ਲੈਟਸ ਗੋ। ਇੱਕ ਪੀਜ਼ਾ ਦਾ ਖਾ ਲਿਆ ਆਪਾਂ, ਬਟਰ ਚਿਕਨ ਕਿਵੇਂ ਦਾ ਸੀਗਾ ਪੀਜ਼ਾ? ਹੈਸ਼ਟੈਗ ਪੀਜ਼ਾ ਵਧੀਆ ਸੀ ਬਾਈ, ਕੈਂਟ ਸੀਗਾ। ਤੇ ਦੂਜਾ ਆਰਡਰ ਕੀਤਾ ਹੋਇਆ ਹੁਣ, ਉਹ ਕਿਹੜਾ ਆ? ਤੰਦੂਰੀ ਚਿਕਨ। ਹੋਰ ਟਰਾਈ ਕਰ। ਸੋ ਹਾਂਜੀ ਫਰੈਂਡਸ, ਇਹ ਸੀਗਾ ਆਪਣਾ ਬਹੁਤ ਹੀ ਜ਼ਿਆਦਾ ਛੋਟਾ ਜਿਹਾ ਵਲੋਗ ਕਾਇੰਡ ਆਫ ਵੀਡੀਓ ਹੀ ਸੀਗੀ, ਬਿਕੋਜ਼ ਮੈਂ ਐਕਸਪੈਕਟ ਕੀਤਾ ਸੀਗਾ ਉੱਥੇ ਬਹੁਤ ਕੁਛ ਆਊਂਗਾ ਦੇਖਣ ਨੂੰ, ਘੁੰਮਣ ਨੂੰ, ਫਿਰਨ ਨੂੰ, ਬਟ ਕੁਛ ਖਾਸ ਨਹੀਂ ਸੀਗਾ। ਜਸਟ ਫਾਇਰ ਵਰਕਸ ਹੋਏ ਅਤੇ ਕੈਨੇਡਾ ਡੇ ਸੈਲੀਬ੍ਰੇਟ ਕੀਤਾ ਗੋਰਿਆਂ ਨੇ, ਅਤੇ ਸਾਰੇ ਉੱਥੇ ਬੈਠੇ, ਅਤੇ ਵਧੀਆ ਸੀਗਾ ਇੱਕ ਤਰ੍ਹਾਂ ਦਾ ਐਕਸਪੀਰੀਅੰਸ, ਯੂ ਨੋ, ਕੈਨੇਡਾ ਡੇ ਸੈਲੀਬ੍ਰੇਟ ਕੀਤਾ ਤਰੀਕੇ ਨਾਲ। ਥੈਂਕਸ ਫੋਰ ਵਾਚਿੰਗ, ਹੈਵ ਅ ਗੁੱਡ ਨਾਈਟ।